ਨਾਮ ਕੀ ਹੈ ਜੀ ਤੁਹਾਡਾ? ਚਮਕੌਰ ਸਿੰਘ। ਕੀ ਕਰਨ ਆਇਆ ਸੀ ਤੁਸੀਂ ਇੱਥੇ? ਮੇਰੇ ਕਈ ਦਿਨਾਂ ਤੋਂ ਬਾਂਹ 'ਚ ਵੀ ਪੇਨ ਹੋ ਰਹੀ ਸੀ, ਮੈਂ ਇੱਥੋਂ ਆਇਆ ਵੀਰ ਜੀ ਉਹਨਾਂ ਕੋਲ, ਡਾਕਟਰ ਸਾਹਿਬ ਕੋਲ, ਅਤੇ ਕਾਫੀ ਮੈਨੂੰ ਇੱਥੋਂ ਫਰਕ ਆ। ਇਹਨਾਂ ਨੇ ਚੈੱਕ ਕਰਿਆ ਸਾਰਾ ਕਿ ਉਹ ਕੈਲਸ਼ੀਅਮ ਦੀ ਘਾਟ ਸੀਗੀ, ਦੱਸੀ ਇਹਨਾਂ ਨੇ ਦਵਾਈ ਵੀ ਲਿਖੀ, ਉਹ ਚੱਲਦੀ ਹੈ ਦਵਾਈ, ਅਤੇ ਇਹਨਾਂ ਨੇ ਫਿਜੀਓਥੈਰੇਪੀ ਵੀ ਕਰੀ ਹੈ ਬਾਂਹ ਦੀ ਐਕਸਰਸਾਈਜ਼। ਕਿਹੜੀ ਜਗ੍ਹਾ ਤੋਂ ਆਇਆ? ਮੈਂ ਰਾਜਵਾਣੇ ਤੋਂ। ਇਹਦਾ ਇਲਾਜ ਕਰਵਾਉਣ ਲਈ ਕਿਤੇ ਹੋਰ ਵੀ ਗਏ ਹੋ ਕਿਤੇ? ਹਾਂ ਜੀ, ਇਹਦਾ ਇਲਾਜ ਕਰਵਾਉਣ ਮੈਂ ਗਿਆ ਇੱਕ ਦੋ ਥਾਵਾਂ 'ਤੇ ਹੋਰ ਵੀ, ਪਰ ਉਹ ਮੈਨੂੰ ਕੋਈ ਉੱਥੋਂ ਰਾਹਤ ਜਿਹੀ ਮਹਿਸੂਸ ਨਹੀਂ ਹੋਈ। ਤੁਹਾਡਾ ਖਰਚਾ ਆ ਜਾਂਦਾ ਸੀ ਉੱਥੇ? ਖਰਚਾ 300-400 ਰੁਪਈਆ ਆ ਹੀ ਜਾਂਦਾ ਸੀ, ਕੁਛ ਆਉਣ ਜਾਣ ਦਾ ਦੂਰ ਜਾਣਾ ਪੈਂਦਾ ਸੀਗਾ। ਇੱਥੇ 50 ਰੁਪਈਏ ਲਿਆ ਜੀ ਮੈਂ ਉਹਨਾਂ ਨੇ। ਹਾਂ, ਹੁਣ ਤੁਸੀਂ ਜਾਣੀ ਠੀਕ ਹੋ? ਹਾਂ ਜੀ, ਬਹੁਤ ਬਹੁਤ ਠੀਕ ਆ ਮੇਰੇ, ਬਹੁਤ। ਹਾਂ ਜੀ, ਦਸਮੇਸ਼ ਖਾਲਸਾ ਚੈਰੀਟੇਬਲ ਹੋਸਪਿਟਲ ਗੁਰਮਤਿ ਗਿਆਨ ਕੇਂਦਰ ਲੁਧਿਆਣਾ, ਜਿਨ੍ਹਾਂ ਦੀ ਦੇਖ ਰੇਖ ਗਿਆਨੀ ਕੇਵਲ ਸਿੰਘ ਜੀ ਕਰ ਰਹੇ ਨੇ, ਜਥੇਦਾਰ ਸਾਬਕਾ ਦਮਦਮਾ ਸਾਹਿਬ, ਅਤੇ ਇਸ ਇਲਾਕੇ ਦੇ ਲੋਕਾਂ ਲਈ ਬਹੁਤ ਵਧੀਆ ਹਸਪਤਾਲ ਆ, ਅਤੇ ਪਿਛਲੇ ਮਹੀਨੇ ਤੋਂ ਸ਼ੁਰੂ ਹੋਇਆ। ਮੈਂ ਕਹਿਣਾ ਚਾਹੁੰਦਾ ਵੀ ਇੱਥੇ ਇਲਾਕੇ ਦੇ ਲੋਕ ਵੱਧ ਤੋਂ ਵੱਧ ਇੱਥੇ ਆਪ ਸਹੂਲਤਾਂ ਲੈਣ, ਅਤੇ ਸਸਤਾ ਵਾ ਦਵਾਈ ਵੀ ਇੱਥੇ ਦੱਸਦੇ ਨੇ ਵੀ ਮੇਰੇ ਕੋਲ 40% ਔਫ ਮਿਲਦੀਆਂ ਨੇ, ਅਤੇ ਡਾਕਟਰੀ ਫੀਸ ਵੀ ਬਹੁਤ ਘੱਟ ਆ, 20 ਰੁਪਈਏ, ਜਿਸ ਤਰ੍ਹਾਂ ਦੱਸਿਆ ਡਾਕਟਰ ਸਾਹਿਬ ਨੇ। ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਹ ਲੈਣਾ ਚਾਹੀਦਾ, ਇਸ ਦਾ ਲਾਹਾ ਲੈਣਾ ਚਾਹੀਦਾ, ਇੰਨੇ ਮਹਿੰਗੇ ਇਲਾਜ ਕਰਾਉਣ ਨਾਲੋਂ ਇਸ ਹੋਸਪਿਟਲ ਆ ਕੇ ਜ਼ਰੂਰ ਦਿਖਾਉਣਾ ਚਾਹੀਦਾ। ਅਕਸਰ ਅਸੀਂ ਵੇਖਦੇ ਹਾਂ ਕਿ ਪਿੰਡਾਂ ਦੇ ਅੰਦਰ ਸਹੂਲਤਾਂ ਦੇ ਨਾਂ ਦੇ ਉੱਤੇ ਇਮਾਰਤਾਂ ਉਸਾਰ ਦਿੱਤੀਆਂ ਜਾਂਦੀਆਂ, ਪਰ ਜਿਹੜੀ ਸਾਡੀ ਨਿੱਜੀ ਚੌਧਰ ਹੈ ਜਾਂ ਸਾਡੀ ਦੇਖ ਰੇਖ ਦੀ ਘਾਟ ਹੈ, ਉਹਦੇ ਕਰਕੇ ਕਈ ਇਮਾਰਤਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ। ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇਰਾਂ ਦੇ ਵਿੱਚ, ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪਿੱਛੇ ਦਿਖਾਇਆ ਜਾਵੇ, ਦਸ਼ਮੇਸ਼ ਖਾਲਸਾ ਚੈਰੀਟੇਬਲ ਹਸਪਤਾਲ ਹੇਰਾਂ, ਉਹਦੀ ਇਮਾਰਤ ਤੁਸੀਂ ਵੇਖੋਗੇ। ਜੇਕਰ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਜਾਵੇ ਤਾਂ ਇਹ ਹਸਪਤਾਲ ਹੈਗਾ ਜਿਹੜਾ, ਇਹ ਬਾਕੀ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੇ ਇਨਫਰਾਸਟ੍ਰਕਚਰ ਦਾ ਮੁਕਾਬਲਾ ਕਰਦਾ, ਪਰ ਲਗਾਤਾਰ ਇੱਥੇ ਜਿਹੜਾ ਹੈਗਾ ਇਹ ਹਸਪਤਾਲ ਲੋਕਾਂ ਨੂੰ ਸਹੂਲਤਾਂ ਦੇਣ ਤੋਂ ਵਾਂਝਾ ਰਿਹਾ। ਸਾਡੇ ਨਾਲ ਅੱਜ ਇੱਥੋਂ ਦੇ ਜਿਹੜੇ ਪ੍ਰਬੰਧਕ ਆ, ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਹੜੇ ਮੁੱਖ ਪ੍ਰਬੰਧਕ ਨੇ ਪ੍ਰੀਤਮ ਸਿੰਘ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਹਸਪਤਾਲ ਦੀ ਜਿਹੜੀ ਦੇਖ ਰੇਖ ਹੈ, ਹੁਣ ਦੁਬਾਰਾ ਤੋਂ ਹਸਪਤਾਲ ਸ਼ੁਰੂ ਹੋਇਆ, ਅਤੇ ਕਿਹੜੇ ਟਰੱਸਟ ਦੀ ਜ਼ਿੰਮੇਵਾਰੀ ਹੈ, ਅਤੇ ਤੁਸੀਂ ਤੁਹਾਡੀ ਸੇਵਾ ਲੱਗੀ ਹੈ, ਅਤੇ ਕਿੱਦਾਂ ਸਮਝਦੇ ਹੋ ਕਿ ਇੱਦਾਂ ਦਾ ਹਸਪਤਾਲ ਜਿੱਦਾਂ ਹੈਗਾ ਜਿਵੇਂ ਇਨਫਰਾਸਟ੍ਰਕਚਰ ਦੀ ਮੈਂ ਪਹਿਲਾਂ ਗੱਲ ਕੀਤੀ ਹੈ, ਅਤੇ ਕਿੱਦਾਂ ਚਲਾਉਂਗੇ ਇਹਨੂੰ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਜੋ ਦਸ਼ਮੇਸ਼ ਖਾਲਸਾ ਚੈਰੀਟੇਬਲ ਹੋਸਪਿਟਲ ਹੇਰਾਂ ਦੀ ਸੇਵਾ ਹੈ, ਇਹ ਸਾਡੇ ਪਾਸ ਅੱਜ ਤੋਂ 2 ਮਹੀਨੇ ਪਹਿਲਾਂ ਤਕਰੀਬਨ ਨਵੰਬਰ ਦੇ ਵਿੱਚ ਇੱਥੋਂ ਦੀ ਪੰਚਾਇਤ ਨੇ, ਸਾਡੇ ਇੱਥੇ ਇਸ ਪਿੰਡ ਦੇ ਦੋਹਤੇ ਨੇ ਡਾਕਟਰ ਪ੍ਰਿਤਪਾਲ ਸਿੰਘ ਜੀ, ਹੋਮਿਓਪੈਥੀ ਦੇ ਰਿਟਾਇਰਡ ਹੈਗੇ ਨੇ ਡਾਕਟਰ,
ਅਤੇ ਉਹਨਾਂ ਦੇ ਰਾਹੀਂ ਸਾਡੇ ਕੋਲ ਟਰੱਸਟ ਦੇ ਪਾਸ ਇਹ ਪਹੁੰਚੀ ਵੀ ਇੱਥੇ ਇੱਕ ਸੰਸਥਾ ਬਣੀ ਹੋਈ ਹੈ ਚੈਰੀਟੇਬਲ ਹੋਸਪਿਟਲ ਦੇ ਨਾਂ ਦੀ। ਲੇਕਿਨ ਇਹ 94 ਦੇ ਵਿੱਚ ਕਹਿੰਦੇ ਦੱਸਦੇ ਹੋਂਦ ਵਿੱਚ ਆਈ ਸੀ 1994 ਵਿੱਚ, ਅਤੇ ਕੁਛ ਕਾਰਨਾਂ ਕਰਕੇ 25-26 ਸਾਲ ਚੱਲਦੀ ਰਹੀ, ਅਤੇ ਕੁਛ ਕਾਰਨਾਂ ਕਰਕੇ ਇਹ ਕੁਛ ਪਿਛਲੇ ਅਪ੍ਰੈਲ ਤੋਂ 19 ਤੋਂ ਇਹ ਬੰਦ ਹੋਣ ਦੇ ਕਿਨਾਰੇ ਆ ਗਈ ਸੀ। ਅਤੇ ਇੱਥੋਂ ਦੇ ਪਿੰਡ ਦੇ ਪਤਵੰਤਿਆਂ ਨੇ ਸਾਡੇ ਪਾਸ ਡਾਕਟਰ ਪ੍ਰਿਤਪਾਲ ਸਰ ਰਾਹੀਂ ਅਪਰੋਚ ਕੀਤਾ ਕਿ ਕੋਈ ਐਸੀ ਸੰਸਥਾ ਸਾਨੂੰ ਮਿਲੇ ਜਿਹੜੀ ਇਹਦਾ ਦੁਬਾਰਾ ਪ੍ਰਬੰਧ ਚਲਾ ਸਕੇ। ਤੋ ਸਾਡਾ ਜੋ ਮੈਂ ਇੱਕ ਗਿਆਨ ਪ੍ਰਕਾਸ਼ ਟਰੱਸਟ ਲੁਧਿਆਣਾ ਦਾ ਇੱਕ ਨੁਮਾਇੰਦਾ ਹੈਗਾ, ਮੈਂਬਰ ਹਾਂ। ਅਤੇ ਜੋ ਇਹ ਟਰੱਸਟ ਹੈ ਸਾਡਾ, ਇਹ ਦੋ ਕਾਰਜ ਕਰ ਰਿਹਾ ਇਸ ਵੇਲੇ। ਇੱਕ ਤਾਂ ਇਹ ਬੁੱਢੇਵਾਲ ਕਿਸੇ ਬਜ਼ੁਰਗ ਬਾਪੂ ਹਰਦੀਪ ਸਿੰਘ ਨੇ ਸਾਨੂੰ 5 ਏਕੜ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਦਿੱਤੀ ਸੀ, ਔਰ ਉਹਨਾਂ ਦੀ ਮਨਸ਼ਾ ਸੀ ਕਿ ਕੌਮ ਦੇ ਲਈ ਕੋਈ ਅੱਛੇ ਕਾਰਜ ਕੀਤੇ ਜਾਣ ਜਿਹਦੇ ਨਾਲ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਜਿਹੜੀ ਨਸ਼ਿਆਂ ਦੇ ਵੱਲ ਜਾ ਰਹੀ ਆ ਉਹਨੂੰ ਮੋੜ ਕੇ ਕਿਸੇ ਕਿੱਤੇ ਵੱਲ ਲਿਆਇਆ ਜਾਵੇ। ਦੂਸਰਾ ਇਹ ਸੀ ਜੋ ਸਾਡੇ ਬੱਚੇ ਵਿਹਲੇ ਬੱਚੀਆਂ ਸਾਡੀਆਂ ਵਿਹਲੀਆਂ ਨੇ, ਔਰ ਜਿਹੜੀ ਜਗ੍ਹਾ ਸਾਨੂੰ ਮਿਲੀ ਆ ਉਹ ਬਿਲਕੁਲ ਕੁਹਾੜੇ ਦੇ ਸਾਹਮਣੇ ਸ਼ੂਗਰ ਮਿੱਲ, ਸਹਿਕਾਰੀ ਸ਼ੂਗਰ ਮਿੱਲ ਹੈ ਬੁੱਢੇਵਾਲ ਉਹਦੇ ਸਾਹਮਣੇ ਆ, ਔਰ ਸਾਰਾ ਹੀ ਉਹ ਇੰਡਸਟਰੀਅਲ ਏਰੀਆ। ਅਸੀਂ ਸਾਰੇ ਹੀ ਉਸ ਏਰੀਏ ਨੂੰ ਵਿਜ਼ਿਟ ਕੀਤਾ ਇੰਡਸਟਰੀ ਦੇ ਵਿੱਚ, ਉੱਥੇ ਬਹੁਤ ਹੀ ਜਿਹੜੇ ਲੇਬਰ ਹੈ ਉਹ ਤਾਂ ਉਹਨਾਂ ਨੂੰ ਬਿਹਾਰ ਤੋਂ ਮਿਲ ਜਾਂਦੀ ਹੈ, ਲੇਕਿਨ ਅਕਾਊਂਟੈਂਟ ਜਾਂ ਕੰਪਿਊਟਰ ਓਪਰੇਟਰ ਜਾਂ ਹੌਜ਼ਰੀ ਦੀ ਮਿੱਲ ਹਾਂ ਉਹਨਾਂ ਨੂੰ ਸਿਲਾਈ ਵਾਸਤੇ ਬੀਬੀਆਂ, ਕਢਾਈ ਵਾਸਤੇ ਬੀਬੀਆਂ ਉਹ ਮਿਲਦੀ, ਉਹ ਨਹੀਂ ਮਿਲ ਰਹੀਆਂ ਸੀਗੀਆਂ। ਤੋ ਅਸੀਂ ਸੋਚਿਆ ਕਿ ਉਸ 5 ਏਕੜ ਦੇ ਵਿੱਚ ਉੱਥੇ ਗੁਰਦੁਆਰਾ ਬਣਿਆ ਹੋਇਆ ਸੀਗਾ, ਲੇਕਿਨ ਅਸੀਂ ਸੋਚਿਆ ਵੀ ਉਸ ਗੁਰਦੁਆਰੇ ਦਾ ਬਹੁਤ ਵੱਡਾ ਹਾਲ ਸੀ, 75x90 ਦਾ ਹਾਲ ਸੀ, ਉਸ 'ਤੇ ਅਸੀਂ 4 ਪਾਰਟੀਸ਼ਨ ਕਰਕੇ ਉੱਥੇ ਅਸੀਂ 2 ਕਲਾਸੇ ਸ਼ੁਰੂ ਕਰਨ ਲੱਗੇ ਹਾਂ, ਐਜੂਕੇਸ਼ਨ ਦੇ ਇੱਕ ਕਿੱਤਾ ਮੁਖੀ ਕੋਰਸਿਸ, ਇੱਕ ਤਾਂ ਕੰਪਿਊਟਰ ਕੋਰਸ ਸ਼ੁਰੂ ਕਰ ਰਹੇ ਹਾਂ, ਦੂਸਰਾ ਸਿਲਾਈ ਕਢਾਈ ਦਾ। ਉਹ ਤਕਰੀਬਨ ਸਾਡਾ ਨੇਪਰੇ ਚੜ੍ਹਨ ਵਾਲਾ ਸੀਗਾ ਔਰ ਪਾਰਟੀਸ਼ਨ ਚੱਲ ਰਹੀ ਸੀ, ਤਾਂ ਇਹਦਾ ਮੇਨ ਟਾਈਮ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਕਿ ਸਾਡੇ ਪਾਸ ਇਹ ਸੰਸਥਾ ਦੀ ਜੋ ਬਾਰੇ ਸਾਡੇ ਚਲਾਉਣ ਵਾਸਤੇ ਸਾਡੇ ਪਾਸ ਉਹਨਾਂ ਨੇ ਅਪਰੋਚ ਕੀਤਾ, ਅਤੇ ਅਸੀਂ ਇੱਥੇ ਪਿੰਡ ਵਿੱਚ ਆਏ ਨਵੰਬਰ ਦੇ ਵਿੱਚ। ਅਸੀਂ ਪਿੰਡ ਦੀ ਪੰਚਾਇਤ ਨੂੰ ਮਿਲੇ ਪਹਿਲਾਂ ਤਾਂ, ਔਰ ਪੰਚਾਇਤ ਨੇ ਸਾਨੂੰ ਕਿਹਾ ਵੀ ਤੁਸੀਂ ਇਹਨੂੰ ਸਾਂਭੋ, ਵੀ ਬੜਾ ਵਧੀਆ ਚੱਲਦਾ ਰਿਹਾ ਸੀ ਲੇਕਿਨ ਇਹ ਬੰਦ ਹੋ ਚੁੱਕਿਆ ਹੈਗਾ। ਲੇਕਿਨ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ, ਟਰੱਸਟੀਜ਼ ਨੇ ਜਿੰਨੇ ਵੀ ਉਸ ਟਰੱਸਟ ਦੇ ਮੈਂਬਰ ਨੇ, ਕਿ ਇਕੱਲੀ ਪੰਚਾਇਤ, ਕਿਉਂਕਿ ਪੰਚਾਇਤ ਦੀ ਮਿਆਦ 5 ਸਾਲ ਹੁੰਦੀ ਆ ਅਤੇ ਪੰਚਾਇਤ ਦੇ ਕੁਛ ਬੰਦੇ ਉਹਦੇ 'ਚ ਇਨਵੋਲਵ ਹੁੰਦੇ ਨੇ, ਅਸੀਂ ਸੋਚਿਆ ਵੀ ਸਾਰੇ ਪਿੰਡ ਨੂੰ ਹੀ ਇਨਵੋਲਵ ਕੀਤਾ ਜਾਵੇ। ਅਸੀਂ ਇਹਨਾਂ ਨੂੰ ਬੇਨਤੀ ਕੀਤੀ ਇਸ ਤਰ੍ਹਾਂ ਨਹੀਂ ਕਿ ਤੁਸੀਂ ਸਾਰੇ ਗ੍ਰਾਮ ਨੂੰ ਇਕੱਠਾ ਕਰੋ, ਪਿੰਡ ਨੂੰ ਇਕੱਠਾ ਕਰੋ, ਅਤੇ ਇਹਨਾਂ ਨੇ ਫਿਰ ਨਵੰਬਰ ਦੇ ਵਿੱਚ ਹੀ ਸਾਰਾ ਪਿੰਡ ਇਕੱਠਾ ਕੀਤਾ। ਗੁਰਦੁਆਰਾ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਇੱਥੇ ਹੈਗਾ, ਉੱਥੇ ਅਸੀਂ 3-4 ਮੀਟਿੰਗਾਂ ਅਸੀਂ ਇੱਥੇ ਇਹਨਾਂ ਪੰਚਾਇਤ ਨਾਲ ਕੀਤੀਆਂ ਔਰ ਗ੍ਰਾਮ ਪੰਚਾਇਤ ਨਾਲ ਮੀਟਿੰਗ ਕੀਤੀ। ਅਸੀਂ ਸਾਰਾ ਹੀ ਅਸੀਂ ਆਪਣੀ ਜੋ ਭਾਵਨਾ, ਜੋ ਅਸੀਂ ਅੰਦਰ ਬੋਰਡ ਲੱਗੇ ਨੇ ਤੁਹਾਡੇ ਹਸਪਤਾਲ ਦੇ ਅੰਦਰ, ਜਿਸ ਭਾਵਨਾ ਨਾਲ ਪਿੰਡ ਦੇ ਪਤਵੰਤਿਆਂ ਨੇ, ਬਜ਼ੁਰਗਾਂ ਨੇ ਇਹਨੂੰ ਸ਼ੁਰੂ ਕੀਤਾ ਸੀ, ਬਹੁਤ ਹੀ ਨੇਕ ਭਾਵਨਾ ਦੇ ਨਾਲ ਸ਼ੁਰੂ ਕੀਤਾ ਸੀਗਾ, ਔਰ ਸਾਡੇ ਦਿਮਾਗ ਵਿੱਚ ਵੀ ਇਹ ਆਇਆ ਵੀ ਇਹ ਜਿਹੜੀ ਸੰਸਥਾ ਇੰਨੀ ਬੜੀ ਪਿਆਰ ਨਾਲ ਬਣਾਈ ਗਈ ਆ, ਇਹਨੂੰ ਬੰਦ ਨਹੀਂ ਹੋਣ ਦੇਣਾ ਚਾਹੀਦਾ ਅਤੇ ਇਹਦੇ ਕਾਰਜ ਇਹਦੇ ਵਿੱਚ ਆਰੰਭ ਹੋਣੇ ਚਾਹੀਦੇ ਆ। ਸੋ ਸਾਡੀ ਗੱਲਬਾਤ ਹੋਈ, ਸਾਨੂੰ ਪੰਚਾਇਤ ਦੀ, ਪਿੰਡ ਦੀ ਪੰਚਾਇਤ ਨੇ, ਗ੍ਰਾਮ ਪੰਚਾਇਤ ਨੇ ਇਹ ਪ੍ਰਵਾਨਗੀ ਦਿੱਤੀ ਕਿ ਤੁਸੀਂ ਇਸ ਸੰਸਥਾ ਨੂੰ ਚਲਾਓ, ਅਸੀਂ ਤੁਹਾਡੇ ਨਾਲ ਪੂਰਨ ਸਹਿਯੋਗ ਕਰਨ ਲਈ ਤਿਆਰ ਹੈਗੇ ਹਾਂ। ਤੋ ਉਹ ਲਿਖਾ ਪੜ੍ਹੀ ਹੋਈ ਸਾਡੇ ਨਾਲ ਉਹਨਾਂ ਦੀ, ਤੋ ਅਸੀਂ ਮਨ ਬਣਾ ਲਿਆ ਕਿ ਇਹਨੂੰ ਜਲਦੀ ਸ਼ੁਰੂ ਕਰਾਂਗੇ, ਅਤੇ ਅਸੀਂ 30 ਨਵੰਬਰ ਦੀ ਡੇਟ, 30 ਨਵੰਬਰ 2019 ਦੀ ਡੇਟ ਦੀ ਰੱਖ ਲਈ। ਜਦ ਅਸੀਂ ਆਏ ਸੀ ਬਿਲਡਿੰਗ ਦਾ ਬਹੁਤ ਬੁਰਾ ਹਾਲ ਸੀ, ਅਸੀਂ ਸਾਡਾ ਤਕਰੀਬਨ 1.5 ਮਹੀਨਾ ਇਹਨੂੰ ਸਾਫ਼ ਸਫਾਈ 'ਤੇ ਲੱਗ ਗਿਆ, ਅਤੇ ਉਸ ਤੋਂ ਬਾਅਦ ਅਸੀਂ ਡਾਕਟਰ SP ਸਿੰਘ ਜੀ ਉਬਰਾਏ ਨੇ, ਆਪ ਜੀ ਜਾਣਦੇ ਹੋ, ਦਵਾਈ ਵਾਲੇ ਜੋ ਬੜੀਆਂ ਹੀ ਸਮਾਜ ਸੇਵੀ ਕੰਮ ਕਰ ਰਹੇ ਨੇ, ਔਰ ਖਾਸ ਕਰਕੇ ਸਿਹਤ ਦੇ ਜੋ ਪੱਖੋਂ ਉਹਨਾਂ ਦੀ ਬਹੁਤ ਸੇਵਾਵਾਂ ਨੇ।
ਅਤੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਪਾਸ ਇਸ ਤਰ੍ਹਾਂ ਇੱਕ ਚੈਰੀਟੇਬਲ ਹੋਸਪਿਟਲ ਹੈ, ਬੜੀ ਭਾਵਨਾ ਦੇ ਨਾਲ ਬਣੀ ਹੋਈ ਬਿਲਡਿੰਗ ਹੈ ਔਰ ਲੋਕਾਂ ਦੀਆਂ ਬੜੀਆਂ ਭਾਵਨਾਵਾਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ, ਅਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਸ ਬਿਲਡਿੰਗ ਉਸ ਹਸਪਤਾਲ ਦਾ ਉਦਘਾਟਨ ਆਪ ਜੀ ਇਹ ਸੈਰ ਨੂੰ ਸੇਵਾ ਦਿਓ, ਅਤੇ ਉਹਨਾਂ ਨੇ ਸਾਨੂੰ ਹਾਂ ਕਰਕੇ ਔਰ 30 ਨਵੰਬਰ ਦਾ ਅਸੀਂ ਡੇਟ ਉਹਨਾਂ ਨਾਲ ਫਿਕਸ ਕਰ ਲਈ, ਅਤੇ ਸਾਰੇ ਹੀ ਪਿੰਡ ਨੂੰ ਆਸੇ ਪਾਸੇ ਇਲਾਕੇ ਨੂੰ ਅਸੀਂ ਇਹਦੇ ਵਿੱਚ ਇਨਵੋਲਵ ਕਰਕੇ ਸਾਰੇ ਪਿੰਡਾਂ ਵਿੱਚ ਖੁਦ ਜਾ ਕੇ ਅਸੀਂ ਲੋਕਾਂ ਨੂੰ ਕਿਹਾ ਕਿ 30 ਨਵੰਬਰ ਨੂੰ ਆਪਾਂ ਉੱਥੇ ਸਮਾਗਮ ਕਰਨਾ ਹੈ ਔਰ ਹਸਪਤਾਲ ਦੀ ਸ਼ੁਰੂਆਤ ਵੀ ਕਰਨੀ ਹੈ। ਤੋ ਉਹਨਾਂ ਨੇ ਬੜੀ ਹੀ ਸਾਡੀ ਬੇਨਤੀ ਨੂੰ ਮੰਨਦੇ ਹੋਏ 30 ਨਵੰਬਰ ਨੂੰ ਇਸ ਹਸਪਤਾਲ ਦਾ ਉਦਘਾਟਨ ਕੀਤਾ। ਆਪ ਜੀ ਜੋ ਨੀਂਹ ਪੱਥਰ ਦੇਖ ਰਹੇ ਹੋ ਇਹ ਉਹਨਾਂ ਵੱਲੋਂ ਹੀ ਇਹ ਰੱਖਿਆ ਗਿਆ ਸੀਗਾ। ਤੋ ਉਸ ਦਿਨ ਕਾਫੀ ਲੋਕਾਂ ਵੱਲੋਂ ਇੱਥੇ ਇਕੱਠ ਵੀ ਹੋਇਆ ਸੀਗਾ ਅਤੇ ਸਾਰੇ ਲੋਕਾਂ ਨੇ ਸਾਨੂੰ ਪੂਰਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਸੀ। ਉਸ ਤੋਂ ਬਾਅਦ ਸਾਡੀ ਜੋ ਡਾਕਟਰਸ ਨੂੰ ਇੰਗੇਜ ਕਰਨਾ ਸੀ ਉਹ ਵੀ ਅਸੀਂ ਡਾਕਟਰ ਪੁਸ਼ਪਿੰਦਰ ਸਿੰਘ ਹੈਗੇ ਨੇ ਗੁਰੂ ਤੇਗ ਬਹਾਦਰ ਹੋਸਪਿਟਲ ਦੇ ਵਿੱਚ ਐਨਸਥੀਜ਼ੀਸਟ ਨੇ, ਡਿਪਾਰਟਮੈਂਟ ਦੇ ਹੈੱਡ ਨੇ ਉਹ, ਅਸੀਂ ਉਹਨਾਂ ਨੂੰ ਵੀ ਟਰੱਸਟ ਦੇ ਤੌਰ 'ਤੇ ਅਸੀਂ ਨਾਲ ਲੈ ਕੇ ਜੋ ਡਾਕਟਰ ਦੀ ਚੋਣ ਕਰਨੀ ਸੀ ਉਹ ਵੀ ਅਸੀਂ ਇੱਥੇ 29 ਦਸੰਬਰ ਨਵੰਬਰ ਨੂੰ ਅਸੀਂ ਇੰਟਰਵਿਊ ਵਗੈਰਾ ਦਾ ਕਰਕੇ ਅਤੇ ਅਸੀਂ ਡਾਕਟਰ ਵੀ ਅਪੁਆਇੰਟ ਕਰ ਲਏ ਸੀ। ਅਤੇ ਇੱਕ ਸਾਡੇ ਕੋਲ ਫਿਜ਼ੀਓਥਰੈਪੀ, ਇਹਦੇ ਵਿੱਚ ਇਸ ਵੇਲੇ ਜੋ ਸੇਵਾਵਾਂ ਚੱਲ ਰਹੀਆਂ ਨੇ, ਇੱਕ ਜਨਰਲ ਓ ਪੀ ਡੀ ਹੈ, ਦੂਸਰੀ ਹੋਮਿਓਪੈਥੀ ਦੀ 2 ਦਿਨ ਦੀ ਓ ਪੀ ਡੀ ਹੈ ਔਰ ਇੱਕ ਫਿਜ਼ੀਓਥਰੈਪੀ 6 ਡੇਅ ਚੱਲਦੀ ਹੈਗੀ ਹੈ। ਅਤੇ ਇਸ ਤੋਂ ਬਾਅਦ ਸਾਡੇ ਪਾਸ ਡਾਕਟਰ ਗੁਰਲਾਲ ਸਿੰਘ ਜੀ ਜੋ ਤੁਹਾਡੇ ਨਜ਼ਦੀਕ ਪਿੰਡ ਦੇ ਹੀ ਰਿਟਾਇਰ ਹੋਏ ਨੇ, ਸਿਵਲ ਸਰਜਨ SMO ਰਿਟਾਇਰ ਹੋਏ ਨੇ, ਉਹਨਾਂ ਨੂੰ ਬੇਨਤੀ ਕੀਤੀ, ਉਹ ਵੀ ਆਪਣੀਆਂ ਸੇਵਾਵਾਂ ਦੇਣ ਲਈ ਸਹਿਮਤ ਹੋ ਗਏ ਨੇ, ਉਹ ਦੇ ਰਹੇ ਨੇ। ਔਰ ਇਸੇ ਤਰ੍ਹਾਂ ਹੀ ਸਾਡੀ ਜੋ ਡਾਕਟਰ ਅਬਰਾਏ ਉਸ ਦਿਨ ਆਏ ਸੀ, ਉਹਨਾਂ ਨੇ ਸਾਡੇ ਨਾਲ ਇਹ ਵੀ ਪ੍ਰੋਮਿਸ ਕੀਤਾ ਸੀ ਕਿ ਇਸ ਨੂੰ ਵਧੀਆ ਢੰਗ ਨਾਲ ਚਲਾਇਆ ਜਾਵੇ ਔਰ ਬੜੇ ਖੁਸ਼ ਹੋਏ ਦੇਖ ਕੇ ਵੀ ਬੜਾ ਵਧੀਆ ਇਨਫਰਾਸਟ੍ਰਕਚਰ ਬਣਿਆ ਹੋਇਆ। ਔਰ ਉਹਨਾਂ ਨੇ ਸਾਨੂੰ ਐਕਸਰੇ ਯੂਨਿਟ ਔਰ ਜੋ ਡਾਇਲਸਿਸ ਦੇ 4 ਯੂਨਿਟ ਔਰ ਫੁੱਲ ਫਲੈਜ ਲੈਬ ਉਹ ਸਾਨੂੰ ਆਪਣੇ ਵੱਲੋਂ ਸੇਵਾ ਦੇ ਤੌਰ 'ਤੇ ਦੇ ਗਏ ਨੇ। ਔਰ ਇਸ ਤੋਂ ਵੱਡੀ ਗੱਲ ਕਿ ਉਹਨਾਂ ਨੇ ਇਸ ਸੰਸਥਾ ਲਈ 20,000 ਰੁਪਈਆ ਪ੍ਰਤੀ ਮਹੀਨਾ ਰੈਗੂਲਰ ਤੌਰ 'ਤੇ ਦੇਣ ਦਾ ਵੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈਗਾ। ਤੋ ਇਸ ਕਰਕੇ ਅਸੀਂ ਸਾਰੇ ਇਲਾਕੇ ਦੇ ਵਿੱਚੋਂ ਆਸੇ ਪਾਸੇ ਸਾਰੇ ਪਾਸੇ ਸਹਿਯੋਗ ਲੈ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਹੋਸਪਿਟਲ ਵਧੀਆ ਤਰੀਕੇ ਨਾਲ ਆਪਣੀਆਂ ਸੇਵਾਵਾਂ ਦੇਵੇ ਤਾਂ ਜੋ ਲੋਕ ਦੇ ਇਲਾਕੇ ਦੇ ਲੋਕਾਂ ਨੂੰ ਇਹਦਾ ਕੋਈ ਬੈਨੀਫਿਟ ਹੋ ਸਕੇ। ਕਾਰਨ ਕੀ ਮੰਨਦੇ ਹੋ ਕਿਉਂਕਿ ਜਦੋਂ ਕਿਹਾ ਜਾਂਦਾ ਹੈ ਕਿ ਜਿਵੇਂ ਹਸਪਤਾਲ ਦੇ ਬਾਰੇ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਅਜੈਬ ਸਿੰਘ ਹੋਣੀ ਜਿਹੜੇ NRI ਨੇ ਉਹਨਾਂ ਦੇ ਵੱਲੋਂ ਜਿਵੇਂ ਹਸਪਤਾਲ ਦਾ ਇਨਫਰਾਸਟ੍ਰਕਚਰ ਤਿਆਰ ਕਰਵਾਇਆ ਗਿਆ ਅਤੇ ਨਾਲ ਆਪਾਂ ਦੇਖਦੇ ਹਾਂ ਕਿ ਬਿਰਧ ਆਸ਼ਰਮ ਵੀ ਬਹੁਤ ਵਧੀਆ ਬਣਿਆ ਹੋਇਆ, ਪਰ ਕਾਰਨ ਕੀ ਮੰਨਦੇ ਹੋ ਕਿ ਇਹ ਚੱਲ ਨਹੀਂ ਪਾਉਂਦੇ? ਇਹ ਇੱਕ ਪਿੰਡ ਦੀ ਤਰਾਸਦੀ ਨਹੀਂ ਹੈਗੀ, ਇਹ ਪਿੰਡ ਪਿੰਡ ਦੇ ਵਿੱਚ ਇਹੀ ਚੀਜ਼ ਆ। ਇਹ ਕਾਰਨ ਦੇਖੋ ਜੀ, ਅਸੀਂ 2-4 ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਅਸੀਂ 2-4 ਮੀਟਿੰਗਾਂ ਲਾ ਕੇ ਇਸ ਪਿੰਡ ਦੇ ਸਰਪੰਚ ਪੰਚਾਇਤ ਦੇ ਨਾਲ ਔਰ ਗ੍ਰਾਮ ਦੇ ਨਾਲ ਔਰ ਆਸੇ ਪਾਸੇ ਇਲਾਕੇ ਦੇ ਲੋਕਾਂ ਦੇ ਨਾਲ ਕੀਤੀਆਂ, ਜੋ ਸਾਡੇ ਧਿਆਨ ਵਿੱਚ ਆਇਆ ਕਿ ਥੋੜ੍ਹਾ ਜਿਹਾ ਐਡਮਿਨਿਸਟ੍ਰੇਟਿਵ ਪੱਖੋਂ ਥੋੜ੍ਹਾ ਜਿਹਾ ਸ਼ਾਇਦ ਕਮਜ਼ੋਰੀ ਆਉਣ ਕਰਕੇ ਕੁਛ ਜਾਂ ਤਾਂ ਇਹ ਦੇਖਿਆ ਗਿਆ ਕਿ ਕਿਉਂਕਿ ਜ਼ਿਆਦਾ ਇਹਦੇ ਵਿੱਚ ਇਨਵੋਲਵਮੈਂਟ NRI ਦੀ ਸੀਗੀ ਔਰ NRIs ਕੁਛ ਕਾਫੀ ਕੁਛ ਸਮਾਂ ਘੱਟ ਦੇ ਸਕਦੇ ਸੀ ਜਾਂ ਉਹਨਾਂ ਦੀ ਅਵਸਥਾ ਜਿਹੜੀ ਬਿਰਧ ਅਵਸਥਾ ਹੋਣ ਕਰਕੇ ਥੋੜ੍ਹਾ ਜਿਹਾ ਉਹ ਕੰਮ ਨਹੀਂ ਕਰ ਸਕੇ, ਜਾਂ ਕੁਛ ਜਿਹੜੇ ਵੀਰ ਜਿਨ੍ਹਾਂ ਨੇ ਸ਼ੁਰੂ ਕੀਤਾ ਸੀਗਾ ਕੁਛ ਉਹਨਾਂ 'ਚੋਂ ਚੜ੍ਹਾਈ ਵੀ ਕਰ ਗਏ ਸੀਗੇ, ਇਸ ਕਰਕੇ ਉਹ ਜਿਹੜਾ ਇਹਨਾਂ ਦਾ ਪ੍ਰਬੰਧ ਸੀਗਾ ਉਹਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਵੀ ਥੋੜ੍ਹੀ ਇਨਵੋਲਵਮੈਂਟ ਇਲਾਕੇ ਦੀ ਸ਼ਾਇਦ ਇਹਦੇ ਵਿੱਚ ਮੈਨੇਜਮੈਂਟ ਵਿੱਚ ਨਹੀਂ ਕੀਤੀ ਗਈ ਸੀ, ਸ਼ਾਇਦ ਇਹਨਾਂ ਕਾਰਨਾਂ ਕਰਕੇ ਵੀ ਥੋੜ੍ਹਾ ਜਿਹਾ ਲੱਗਿਆ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵਿਦੇਸ਼ਾਂ ਦੀ ਧਰਤੀ ਦੇ ਉੱਤੋਂ ਸਾਡੇ ਪੰਜਾਬੀ ਭਰਾ ਮਦਦ ਤਾਂ ਕਰਦੇ ਨੇ, ਕਾਫੀ ਸਹੂਲਤਾਂ ਉਹਨਾਂ ਦੇ ਅੰਦਰ ਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਅਸੀਂ ਸਹੂਲਤਾਂ ਪ੍ਰਦਾਨ ਕਰੀਏ, ਪਰ ਫਿਰ ਉਹਨਾਂ
ਉਹਨਾਂ ਨੂੰ ਕੋਈ ਉਸ ਚੀਜ਼ ਦੇ ਵਿੱਚ ਉਸ ਮੈਨੇਜਮੈਂਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ, ਜੇ ਸ਼ਾਮਿਲ ਵੀ ਕੀਤਾ ਜਾਂਦਾ ਤਾਂ ਉਹਨਾਂ ਨੂੰ ਰੈਗੂਲਰ ਇਨਪੁੱਟ ਨਹੀਂ ਦਿੱਤੀ ਜਾਂਦੀ ਕਿ ਉਹਦੇ ਵਿੱਚੋਂ ਕੀ ਨਿਕਲ ਕੇ ਆ ਰਿਹਾ, ਕਿੱਦਾਂ ਹੋ ਰਿਹਾ, ਕਿੱਦਾਂ ਪ੍ਰਬੰਧ ਹੋ ਰਹੇ ਨੇ, ਇਹ ਵੀ ਕੋਈ ਕਾਰਨ ਮੰਨਦੇ ਹੋ? ਹਾਂ ਵੀਰ ਜੀ, ਵੈਸੇ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈਗੀ ਆ। ਜਿਹੜੇ ਇਲਾਕੇ ਦੇ NRIs ਨੇ, ਇਹਨਾਂ ਨੇ ਇਸ ਸੰਸਥਾ ਨੂੰ ਬਹੁਤ ਵੱਡੀ ਦੇਣ ਆ ਉਹਨਾਂ ਦੀ, ਲੇਕਿਨ ਉਹਨਾਂ ਵੀਰਾਂ ਦਾ ਉਹ ਸਾਡੀ ਮਾਇਕ ਤੌਰ 'ਤੇ ਸਹਾਇਤਾ ਕਰ ਸਕਦੇ ਨੇ, ਸਾਨੂੰ ਗਾਈਡ ਵੀ ਬੜੀ ਸਹੀ ਤਰੀਕੇ ਨਾਲ ਕਰ ਸਕਦੇ ਨੇ, ਲੇਕਿਨ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਸਾਰਾ ਹੀ ਸਮਾਂ ਇੱਧਰ ਇਸ ਸੰਸਥਾ ਨੂੰ ਆਪਣਾ ਸਮਰਪਿਤ ਕਰ ਸਕਣ। ਲੇਕਿਨ ਉਸ ਤੋਂ ਬਾਅਦ ਸਾਡਾ ਇਹ ਸਾਰਾ ਇਲਾਕੇ ਦਾ ਔਰ ਫਰਜ਼ ਬਣ ਜਾਂਦਾ ਕਿ ਜੋ ਉਹਨਾਂ ਨੇ ਸਾਨੂੰ ਇਹ ਦੇਣ ਦਿੱਤੀ ਆ ਉਹਨੂੰ ਅਸੀਂ ਸੰਭਾਲ ਕੇ ਰੱਖੀਏ। ਸੋ ਸਾਡਾ, ਮੈਂ ਸਮਝਦਾ NRI ਵੀਰਾਂ ਨੇ ਬਹੁਤ ਵਧੀਆ ਕੀਤਾ, ਲੇਕਿਨ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਉਸ ਤੋਂ ਵੱਧ ਜਾਂਦੀ ਆ ਕਿ ਜੋ ਉਹਨਾਂ ਨੇ ਸਾਡੇ ਲਈ ਸਹੂਲਤਾਂ ਪੈਦਾ ਕੀਤੀਆਂ ਨੇ ਉਹਨੂੰ ਅਸੀਂ ਮੇਨਟੇਨ ਕਰ ਸਕੀਏ, ਸਾਡਾ ਬਹੁਤ ਵੱਡਾ ਫਰਜ਼ ਬਣਦਾ ਹੈ। ਹੁਣ ਤੱਕ ਜਿਹੜਾ ਹੈਗਾ ਤੁਸੀਂ ਜਿੱਦਾਂ ਆ ਕੇ ਇੱਥੇ ਮੈਨੇਜਮੈਂਟ ਸੰਭਾਲੀ ਹੈ, ਅਤੇ ਪਿੰਡ ਦੇ ਪਾਸਿਓਂ ਤੁਹਾਨੂੰ ਕੀ ਸਹਿਯੋਗ ਮਿਲ ਰਿਹਾ? ਕੋਈ ਸਹਿਯੋਗ ਦੇ ਵਿੱਚ ਕੋਈ ਰੁਕਾਵਟ ਵੀ ਆ ਰਹੀ ਹੈ, ਜਾਂ ਤੁਹਾਡਾ ਕੋਈ NRI ਭਰਾ ਜਿਹੜੇ ਸੀਗੇ ਜਿਨ੍ਹਾਂ ਨੇ ਪਹਿਲਾਂ ਇਹਦੇ ਵਿੱਚ ਉਪਰਾਲਾ ਕੀਤਾ ਸੀਗਾ, ਉਹਨਾਂ ਨਾਲ ਕੋਈ ਰਾਬਤਾ ਬਣ ਸਕਿਆ ਤੁਹਾਡਾ? ਅਸੀਂ ਪਿੰਡ ਦੇ ਸਰਪੰਚ ਸਾਹਿਬ ਨੂੰ ਅਤੇ ਹੋਰ ਵੀ ਪਤਵੰਤਿਆਂ ਨੂੰ ਅਸੀਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਕਿਉਂਕਿ ਤਕਰੀਬਨ ਆਮ ਤੌਰ 'ਤੇ ਆਪਾਂ ਦੇਖਿਆ ਪੰਜਾਬ ਦੇ ਜਿੰਨੇ ਵੀ ਵਾਸੀ ਆ ਜੋ NRI ਬਾਹਰ ਜਾਂਦੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਨਵੰਬਰ ਦੇ ਵਿੱਚ, ਦਸੰਬਰ ਦੇ ਵਿੱਚ, ਜਨਵਰੀ ਵਿੱਚ ਉਹਨਾਂ ਦਾ ਫੇਰਾ ਇੱਧਰ ਪੰਜਾਬ ਪੈਂਦਾ ਹੈਗਾ। ਅਸੀਂ ਪਿੰਡ ਦੇ ਵਾਸੀਆਂ ਨੂੰ ਆਸੇ ਪਾਸੇ ਇਲਾਕੇ ਦੇ ਵੀਰਾਂ ਨੂੰ ਬੇਨਤੀ ਕੀਤੀ ਹੈ ਵੀ ਜਦੋਂ ਵੀ NRI ਬਾਹਰੋਂ ਆਉਂਦੇ ਨੇ ਇੱਕ ਤਾਂ ਸਾਨੂੰ ਉਹਨਾਂ ਨੂੰ ਮਿਲਾਇਆ ਜਾਵੇ ਤਾਂ ਜੋ ਅਸੀਂ ਉਹਨਾਂ ਦੀ ਭਾਵਨਾ, ਜੋ ਅਸੀਂ ਉਹਨਾਂ ਦੇ ਜੋ ਬੂਟਾ ਲਾਇਆ ਹੋਇਆ ਹੈ ਉਹਨੂੰ ਅਸੀਂ ਪ੍ਰਫੁੱਲਿਤ ਕਰਨ ਲਈ ਬਿਲਕੁਲ ਤਿਆਰ ਹਾਂ ਔਰ ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਚਾਹੁੰਦੇ ਹੈਗੇ ਹਾਂ। ਅਤੇ ਕੁਛ ਅਸੀਂ ਇਹਨਾਂ ਪਿੰਡ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਪੂਰਾ ਤੁਸੀਂ ਸਹਿਯੋਗ ਕਰੋ ਔਰ ਸਾਨੂੰ ਸਹਿਯੋਗ ਮਿਲ ਵੀ ਰਿਹਾ, ਕੋਈ ਐਸੀ ਗੱਲ ਨਹੀਂ ਹੈਗੀ, ਪਰ ਮੈਂ ਸਮਝਦਾ ਵੀ ਅਜੇ ਸ਼ਾਇਦ NRI ਸਾਡੇ ਨਾਲ ਕਿਸੇ ਦਾ ਮੇਲ ਨਹੀਂ ਹੋਇਆ ਔਰ ਸਾਡੇ ਕੋਲ ਜ਼ਿਆਦਾ ਸੰਪਰਕ ਵੀ ਨਹੀਂ ਆ ਸਕੇ, ਔਰ ਅਸੀਂ ਵਾਰ ਵਾਰ ਇਹਨਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਸਾਨੂੰ ਉਹਨਾਂ ਦਾ ਸੰਪਰਕ ਦਿੱਤਾ ਜਾਵੇ, ਸਾਡੇ ਨਾਲ ਸੰਪਰਕ ਕਰਾਇਆ ਜਾਵੇ ਅਤੇ ਲੋਕਾਂ ਵੱਲੋਂ ਵੀ ਇਹਦਾ ਪੂਰਾ ਸਹਿਯੋਗ ਸਾਨੂੰ ਦਿੱਤਾ ਜਾਵੇ ਔਰ ਤੁਹਾਡੇ ਸਹਿਯੋਗ ਦੇ ਨਾਲ ਹੀ, ਇਲਾਕੇ ਦੇ ਸਹਿਯੋਗ ਦੇ ਨਾਲ ਹੀ, ਪਿੰਡ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਹਨੂੰ ਅੱਗੇ ਲਿਜਾ ਸਕਦੇ ਹਾਂ, ਕਿਉਂਕਿ ਇਕੱਲਾ ਕੋਈ ਵੀ ਕਿਸੇ ਕੰਮ ਕਰਨ ਦੇ ਸਮਰੱਥ ਨਹੀਂ ਹੁੰਦਾ ਗਾ, ਸਾਰਿਆਂ ਦੇ ਸਹਿਯੋਗ ਨਾਲ ਹੀ ਕੰਮ ਹੋ ਸਕਦੇ ਹੈਗੇ ਆ। ਜਿੱਦਾਂ ਇਹ ਹਸਪਤਾਲ ਦੀ ਆਪਾਂ ਗੱਲ ਕਰੀਏ ਤਾਂ ਪਹਿਲਾਂ ਬੰਦ ਹੋਇਆ, ਫਿਰ ਸ਼ੁਰੂ ਹੋਇਆ, ਕਾਫੀ ਲੰਮਾ ਸਮਾਂ ਇਹਦੇ 'ਚ ਮਤਲਬ ਖੜੋਤ ਆਈ ਆ ਜਿਹੜੀ, ਫਿਰ ਇਹ ਹੁੰਦਾ ਕਿ ਮਰੀਜ਼ ਵੀ ਟੁੱਟ ਜਾਂਦੇ ਨੇ, ਮਰੀਜ਼ਾਂ ਦੀ ਲਗਾਤਾਰ ਜਿਹੜੀ ਆਉਣੀ ਜਾਣੀ ਹੁੰਦੀ ਹੈ ਉਹ ਵੀ ਟੁੱਟ ਜਾਂਦੀ ਹੈ, ਕੋਈ ਇੱਦਾਂ ਦਾ ਕੋਈ ਉਪਰਾਲਾ ਕਰ ਰਹੇ ਹੋ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਲੋਕਾਂ ਨੂੰ ਦੱਸਿਆ ਜਾਵੇ ਕਿ ਹਾਂ ਇੱਥੇ ਹਸਪਤਾਲ ਖੁੱਲ੍ਹ ਚੁੱਕਿਆ ਅਤੇ ਚੈਰੀਟੇਬਲ ਹਸਪਤਾਲ ਹੈ, ਵੱਡੇ ਹਸਪਤਾਲਾਂ ਦੇ ਖਰਚੇ ਬਹੁਤ ਨੇ ਅਤੇ ਇੱਥੇ ਲਾਗੇ ਉਹਨਾਂ ਨੂੰ ਸਹੂਲਤਾਂ ਉਹੀ ਜਿਹੜੀਆਂ ਵੱਡੇ ਹਸਪਤਾਲਾਂ ਦੀਆਂ ਉਹ ਪ੍ਰੋਵਾਈਡ ਹੋ ਰਹੀਆਂ ਨੇ, ਕੋਈ ਇੱਦਾਂ ਦਾ ਉਪਰਾਲਾ ਤੁਹਾਡੇ ਵੱਲੋਂ ਕੀਤਾ? ਹਾਂਜੀ ਵੀਰ ਜੀ, ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਪ੍ਰਿੰਟ ਮੀਡੀਆ ਰਾਹੀਂ ਵੀ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਫਲੈਕਸ ਲਵਾ ਕੇ ਜਾਂ ਪੈਂਫਲੇਟਸ ਵੰਡ ਕੇ ਜਾਂ ਪੇਪਰ ਵਿੱਚ ਵੀ ਅਸੀਂ ਪੈਂਫਲੇਟ ਪਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਬੜੀ ਵਧੀਆ ਸਹੂਲਤਾਂ ਤੁਹਾਨੂੰ ਦੇ ਰਿਹਾ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਫਿਜ਼ੀਓਥਰੈਪੀ ਦੀ ਗੱਲ ਆਪਾਂ ਕਰਦੇ ਹਾਂ, ਅੱਜ ਕੱਲ੍ਹ ਇਹਦੇ ਕਾਫੀ ਬੇਸ਼ੱਕ ਪਿੰਡਾਂ ਦੇ ਵਿੱਚ ਅਵੇਅਰਨੈਸ ਇਹਦੀ ਘੱਟ ਹੈਗੀ ਆ, ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫਿਜ਼ੀਓਥਰੈਪੀ ਬਾਰੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਅਵੇਅਰ ਕੀਤਾ ਜਾਵੇ। ਹੁਣ ਫਿਜ਼ੀਓਥਰੈਪੀ ਦੀ ਆਪਾਂ ਖਰਚੇ ਦੀ ਗੱਲ ਕਰੀਏ, ਮੈਂ ਜੋ ਮਹਿਸੂਸ ਕੀਤਾ ਕਿ ਆਸੇ ਪਾਸੇ ਦੇ ਪਿੰਡਾਂ ਵਿੱਚ 10 ਕਿਲੋਮੀਟਰ ਦੇ ਰੇਡੀਅਸ ਵਿੱਚ ਕੋਈ ਫਿਜ਼ੀਓਥਰੈਪੀ ਸੈਂਟਰ ਨਹੀਂ ਹੈ। ਸਪੋਜ਼ ਕਰ ਲਓ ਸਾਨੂੰ ਪਿੰਡ ਦਾ ਲੋਕ ਕੋਈ ਫਿਜ਼ੀਓਥਰੈਪੀ ਦੀ ਲੋੜ ਪੈਂਦੀ ਹੈ, ਸਾਨੂੰ ਜਾਣਾ ਪੈਂਦਾ ਅਤੇ ਅਸੀਂ 500-400 ਗੱਡੀ ਦੇ ਖਰਚ ਕਰਕੇ ਜਾਵਾਂਗੇ, 500-700 ਉਹਦੀ ਫਿਜ਼ੀਓਥਰੈਪੀ ਦੀ ਫੀਸ ਦੇਵਾਂਗੇ, ਸਾਨੂੰ 1,000 ਰੁਪਏ ਦੇ ਵਿੱਚ ਇੱਕ ਫਿਜ਼ੀਓਥਰੈਪੀ ਦੀ ਸੀਟਿੰਗ ਪੈ ਜਾਂਦੀ ਆ, ਜਿਹੜੀ ਕਿ ਅਸੀਂ ਇੱਥੇ ਇੱਕ ਸਿਰਫ 50 ਰੁਪਏ ਦੇ ਵਿੱਚ ਔਰ 20 ਰੁਪਏ ਦੀ OPD ਸਲਿੱਪ ਕੱਟ ਕੇ 70 ਰੁਪਏ ਦੇ ਵਿੱਚ ਅਸੀਂ ਫਿਜ਼ੀਓਥਰੈਪੀ ਉਸ ਪੇਸ਼ੈਂਟ ਨੂੰ ਅਸੀਂ ਵਧੀਆ ਟ੍ਰੀਟਮੈਂਟ ਕਰ ਸਕਦੇ ਹਾਂ ਔਰ ਅਸੀਂ ਇਹਦੇ ਬਾਰੇ ਬਕਾਇਦਾ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਇਸ ਸਹੂਲਤ ਦਾ ਫਾਇਦਾ ਉਠਾਓ। ਇਸੇ ਤਰ੍ਹਾਂ ਹੀ ਜੇ ਦਵਾਈਆਂ ਦੀ ਗੱਲ ਕਰੀਏ, ਦਵਾਈਆਂ ਜੋ ਸਾਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਇੱਥੇ
ਉਸ ਜੋ ਪ੍ਰਿੰਟ ਰੇਟ ਆਉਂਦਾ ਹੈ ਦਵਾਈਆਂ 'ਤੇ ਉਦੋਂ 40% ਔਫ ਕਰਕੇ ਅਸੀਂ ਦੇ ਰਹੇ ਹਾਂ, ਔਰ ਅਸੀਂ ਇਹਦੇ ਬਾਰੇ ਵੀ ਲੋਕਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਬਾਹਰ ਇੰਨੇ ਮਹਿੰਗੀਆਂ ਦਵਾਈਆਂ ਲੈਣ ਦੀ ਬਜਾਏ ਤੁਸੀਂ ਇੱਥੇ ਆਓ, ਔਰ ਨੋਮੀਨਲ ਫੀਸ ਆ ਓ ਪੀ ਡੀ ਦੀ ਫੀਸ 20 ਰੁਪਏ ਆ, ਔਰ ਜਿਹੜੀ ਦਵਾਈ ਆ ਉਹ 40% ਔਫ 'ਤੇ ਅਸੀਂ ਦੇ ਰਹੇ ਹਾਂ, ਅਤੇ ਲੋਕਾਂ ਨੂੰ ਜ਼ਰੂਰ ਇਹਦਾ ਫਾਇਦਾ ਉਠਾਉਣਾ ਚਾਹੀਦਾ, ਔਰ ਅਸੀਂ ਇਹਦੇ ਬਾਰੇ ਲਗਾਤਾਰ ਸਾਡੀ ਕੋਸ਼ਿਸ਼ ਆ ਕਿ ਲੋਕਾਂ ਨੂੰ ਘਰ ਘਰ ਇਸ ਨੇ ਪਹੁੰਚਾਇਆ ਜਾਵੇ। ਹੋਰ ਭਾਈ ਸਾਹਿਬ ਇੱਥੇ ਜਿਹੜੀਆਂ ਸਹੂਲਤਾਂ ਨੇ, ਜਿਹੜੀ ਓ ਪੀ ਡੀਜ਼ ਕਿਹੜੀਆਂ ਕਿਹੜੀਆਂ ਓ ਪੀ ਡੀਜ਼ ਚੱਲ ਰਹੀਆਂ, ਅਤੇ ਹੋਰ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਜਿਹੜੀਆਂ ਇੱਥੇ ਪ੍ਰੋਵਾਈਡ ਕਰਾ ਰਹੇ ਹੋ? ਵੀਰ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕੇ ਗਿਆ ਕਿ ਅਜੇ ਫਿਲਹਾਲ ਅਸੀਂ ਇੱਥੇ ਓ ਪੀ ਡੀ ਸ਼ੁਰੂ ਕੀਤਾ ਗਿਆ ਹੈਗਾ, ਲੇਕਿਨ ਜੋ ਵਿਸ਼ੇਸ਼ ਤੌਰ 'ਤੇ ਓ ਪੀ ਡੀ ਸਾਡੀਆਂ, ਇੱਕ ਤਾਂ ਜਨਰਲ ਬਿਮਾਰੀਆਂ ਦੀ ਓ ਪੀ ਡੀ ਚੱਲ ਰਹੀ ਆ, ਉਹਦੇ ਵਾਸਤੇ ਸਾਨੂੰ 2 ਡਾਕਟਰ, ਡਾਕਟਰ ਪ੍ਰਤਾਜ ਗਿੱਲ ਔਰ ਡਾਕਟਰ ਗੁਲਾਲ ਸਿੰਘ ਜੀ ਜੋ ਸਾਬਕਾ ਰਿਟਾਇਰ ਹੋ ਚੁੱਕੇ ਨੇ SMO, ਉਹ ਇਹਨਾਂ ਦੀ ਸੇਵਾ ਦੇ ਰਹੇ ਆ। ਔਰ ਇਸ ਤੋਂ ਇਲਾਵਾ ਜੋ ਸਾਡੇ, ਮੈਂ ਇੱਕ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ ਡਾਕਟਰ ਰਮੇਸ਼ ਮਨਸੂਰਾਂ ਵਾਲੇ, ਇਹ ਸੰਸਥਾ ਜਦੋਂ ਵੀ ਬਣੀ ਹੈ ਉਸ ਦਿਨ ਤੋਂ ਹੀ Day 1 ਤੋਂ ਉਹ ਇਸ ਸੰਸਥਾ ਨਾਲ ਜੁੜੇ ਹੋਏ ਹਨ, ਔਰ ਹਰੇਕ ਸ਼ੁੱਕਰਵਾਰ ਉਹਨਾਂ ਦੀ ਇੱਥੇ OPD ਅੱਖਾਂ ਦੀ ਹੁੰਦੀ ਹੈ, ਅਤੇ ਉਹ ਸਾਰੇ ਮਤਲਬ ਜਦੋਂ ਦੇ ਵੀ ਹਸਪਤਾਲ ਬਣਿਆ ਹੈ, ਔਰ ਉਹਨਾਂ ਨੇ, ਅਸੀਂ ਉਹਨਾਂ ਨੂੰ ਜਾ ਕੇ ਮਿਲੇ ਵੀ ਸੀ, ਔਰ ਉਹਨਾਂ ਨੇ ਜੋ ਭਾਵਨਾ ਯਾਰ ਕੀਤੀ ਵੀਰ ਜੀ ਬੜੀ ਕਮਾਲ ਦੀ ਸੀ, ਉਹ ਕਹਿੰਦੇ ਵੀਰ ਜੀ ਮੈਂ ਦਮ ਮੇਰਾ ਨਿਕਲ ਜਾਏਗਾ ਲੇਕਿਨ ਇਸ ਸੰਸਥਾ ਦਾ ਮੈਂ ਸਾਥ ਨਹੀਂ ਛੱਡ ਸਕਦਾ, ਕਿਉਂਕਿ ਉਹਨਾਂ ਜੋ ਪਿੱਛੇ ਆਪ ਜੀ ਦੇਖ ਰਹੇ ਹੋ ਬਿਰਧ ਆਸ਼ਰਮ ਬਣਿਆ ਹੋਇਆ, ਉਹਨਾਂ ਦਾ ਜੋ ਇਨੋਗ੍ਰੇਸ਼ਨ ਕੀਤਾ ਸੀ ਉਹ ਪਿੰਡ ਦੇ ਲੋਕਾਂ ਨੇ ਉਹਨਾਂ ਪਾਸੋਂ ਕਰਵਾਇਆ ਸੀ, ਇਸ ਕਰਕੇ ਉਹਨਾਂ ਦੀ ਬੜੀ ਹੀ ਇਸ ਸੰਸਥਾ ਦੇ ਨਾਲ ਭਾਵਨਾ ਜੁੜੀਆਂ ਹੋਈਆਂ ਹਨ, ਸੋ ਉਹ ਬਹੁਤ ਸੇਵਾ ਨਿਭਾ ਰਹੇ ਹਨ। ਔਰ ਇਸ ਤੋਂ ਇਲਾਵਾ ਅਸੀਂ ਕੈਂਪ ਵੀ ਪਿੱਛੇ ਲਾ ਕੇ ਹਟੇ ਹਾਂ ਪਿਛਲੀ 29 ਤਰੀਕ ਨੂੰ, ਅਤੇ ਉਸ ਕੈਂਪ ਦੇ ਵਿੱਚ ਵੀ ਸਾਡੇ ਜੋ ਕਾਫੀ ਜੋ ਤੁਹਾਡੇ ਇਲਾਕੇ ਦੇ ਮਰੀਜ਼ ਆ, 170 ਦੇ ਮਰੀਜ਼, ਅੱਖਾਂ ਦੇ ਵੀ ਮਰੀਜ਼ ਆਏ, ਲੇਡੀਜ਼ ਦਾ ਵੀ, ਲੇਡੀਜ਼ ਰੋਗ ਦਾ ਵੀ ਕੋਈ ਮਰੀਜ਼ ਆਏ, ਉਹ ਵੀ ਕਾਫੀ ਇੱਥੋਂ ਸਹਾਇਤਾ ਮਤਲਬ ਸਹੂਲਤ ਲੈ ਗਏ ਆ। ਅਤੇ ਇਸ ਤੋਂ ਇਲਾਵਾ ਜੋ ਹੱਡੀਆਂ ਦਾ ਵੀ ਸਾਡੇ ਡਾਕਟਰ ਗੁਰਲਾਲ ਨੇ, ਉਹਨਾਂ ਨੇ ਡਬਲ ਕੀਤੀ ਹੋਈ ਹੈ ਹੱਡੀਆਂ ਦੀ ਔਰ ਜਨਰਲ ਦੀ, ਔਰ ਹੱਡੀਆਂ ਦਾ ਵੀ ਉਹ ਦੇਖਦੇ ਨੇ ਕੋਈ ਪ੍ਰੋਬਲਮ ਆ ਜਾਂਦੀ ਹੈ। ਅਤੇ ਇਸ ਤੋਂ ਇਲਾਵਾ ਬਸ ਹੋਰ ਜੋ ਇਨ ਫਿਊਚਰ ਜਿਸ ਤਰ੍ਹਾਂ ਡਾਕਟਰ ਓਬਰਾਏ ਜੀ ਕਹਿ ਗਏ ਨੇ ਡਾਇਲਸਿਸ ਯੂਨਿਟ ਹੈ, ਔਰ ਉਹ ਕਿਉਂਕਿ ਉਹਦੇ ਵਾਸਤੇ ਇਨਫਰਾਸਟ੍ਰਕਚਰ ਉਹ ਕਾਫੀ ਲੋੜ ਹੈਗੀ ਆ, ਔਰ ਸਾਡੇ ਕੋਲ ਐਕਸਪਰਟਸ ਵੀ ਉਹਨੂੰ ਚਲਾਉਣ ਵਾਸਤੇ ਲੋੜ ਪਏਗੀ, ਔਰ ਉਹ ਡਾਕਟਰ ਦੀ ਟੀਮ ਭੇਜਣਗੇ ਆਪਣੇ ਕੋਲੋਂ, ਉਹ ਡਾਇਲਸਿਸ ਯੂਨਿਟ ਵੀ ਆਉਣ ਵਾਲੇ ਸਮੇਂ ਵਿੱਚ ਇੱਥੇ ਚੱਲ ਪੈਣਗੇ। ਅਤੇ ਹੋਰ ਵੀ ਬੜਾ ਉਹ ਸਾਨੂੰ ਇਹ ਈਵਨ ਇਸ ਤੋਂ ਕਹਿ ਗਏ ਆ ਸਾਨੂੰ ਡਾਕਟਰ ਓਬਰਾਏ ਜੀ ਕਿ ਇਸ ਨੂੰ ਬੜੀ ਸ਼ਿੱਦਤ ਦੇ ਨਾਲ ਵਧੀਆ ਤਰੀਕੇ ਨਾਲ ਚਲਾਓ, ਇਸ ਨੂੰ ਤੁਸੀਂ PGI ਲੈਵਲ ਦੇ ਹੋਸਪਿਟਲ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਨੀ ਹੈ। ਔਰ ਉਹ ਬੜੇ ਖੁਸ਼ ਹੋ ਕੇ ਗਏ ਸੀ ਇੱਥੋਂ ਵੀ ਉਹ ਆਪਣੀਆਂ ਹਰ ਸੇਵਾਵਾਂ ਇਸ ਸੰਸਥਾ ਨੂੰ ਦੇਣ ਲਈ ਤਿਆਰ ਹੈਗੇ ਨੇ। ਕਈ ਵਾਰ ਆਪਾਂ ਦੇਖਦੇ ਹਾਂ ਕਿ ਕੋਈ ਜਿਹੜੇ ਬਾਕੀ ਚੀਜ਼ਾਂ ਨੇ OPD ਹੈ ਉਹ ਲਗਾਤਾਰ ਚੱਲਦੀ ਰਹਿੰਦੀ ਹੈ, ਪਰ ਕਈ ਵਾਰ ਰੱਬ ਨਾ ਕਰੇ ਇੱਦਾਂ ਦੀ ਕੋਈ ਕੰਡੀਸ਼ਨ ਆ ਜਾਂਦੀ ਹੈ ਕਿ ਕੋਈ ਵੀਰ ਭਰਾ ਦਾ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਦਵਾਈ ਪੀ ਲੈਂਦਾ ਇੱਦਾਂ ਦੀ ਕੋਈ ਐਮਰਜੈਂਸੀ ਆ ਜਾਂਦੀ ਹੈ, ਉਹਨੂੰ ਨਿਪਟਣ ਦੇ ਲਈ ਜਾਂ ਉਹਦੀ ਮੁੱਢਲਾ ਜਿਹੜੀ ਸਹਾਇਤਾ ਦੇਣ ਦੇ ਲਈ ਇੱਥੇ ਕੀ ਪ੍ਰਬੰਧ ਨੇ? ਦੇਖੋ ਜੀ, ਅਜੇ ਤੱਕ ਸਾਡੇ ਕੋਲ ਸਿਰਫ OPD ਦਾ ਪ੍ਰਬੰਧ ਹੋ ਸਕਿਆ ਹੈਗਾ, ਕਿਉਂਕਿ ਹੌਲੀ ਹੌਲੀ ਜਿਸ ਤਰ੍ਹਾਂ ਦੀ ਸਮਾਂ ਆਏਗਾ ਜਿਸ ਤਰ੍ਹਾਂ ਵੀ ਸਹਿਯੋਗ ਮਿਲਦਾ ਰਹੇਗਾ ਗਾਂਹ ਸਹੂਲਤਾਂ ਦਿੱਤੀਆਂ ਜਾਣਗੀਆਂ। ਲੇਕਿਨ ਜਿਹੜੀ ਫਸਟ ਏਡ ਆ, ਕਿਸੇ ਤਰ੍ਹਾਂ ਦੀ ਪੇਸ਼ੈਂਟ ਕੋਈ ਆ ਜਾਂਦਾ ਹੈਗਾ ਤਾਂ ਇੱਥੇ ਫਸਟ ਏਡ ਦਾ ਪ੍ਰਬੰਧ ਜ਼ਰੂਰ ਹੈਗਾ। ਜੇ ਕੋਈ ਸਪੋਜ਼ ਕੋਲ ਐਕਸੀਡੈਂਟ ਹੋ ਗਿਆ, ਕਿਸੇ ਦੇ ਸਟਿਚਿੰਗ ਕਰਨੀ ਆ ਜਾਂ ਮਾਈਨਰ ਜੀ ਕੋਈ ਸਰਜਰੀ ਕਰਨੀ ਆ, ਉਹ ਵੀ ਇੱਥੇ ਹੋ ਸਕਦੀ ਆ, ਇੰਨਾ ਕੁ ਪ੍ਰਬੰਧ ਇੱਥੇ ਹੈਗਾ। ਲੇਕਿਨ ਕੋਈ ਜ਼ਿਆਦਾ ਸੀਰੀਅਸ ਜੋ ਮੈਟਰ ਆ ਉਹ ਜਿਹੜੇ ਐਕਸਪਰਟਸ ਨੂੰ ਜਾਂ ਜਿਹੜੇ ਵੀ ਹਨ ਉਹਨਾਂ ਨੂੰ ਇੱਥੋਂ ਰੈਫਰ ਕਰ ਦਿੱਤਾ ਜਾਊਗਾ। ਤੁਹਾਡਾ NRI ਵੀਰਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਤੁਸੀਂ, ਮੈਂ ਚਾਹੂੰਗਾ ਕਿ ਆਪਣਾ ਨੰਬਰ, ਜਿਹੜਾ ਕੰਟੈਕਟ ਨੰਬਰ ਜਾਂ ਇੱਥੋਂ ਦੀ ਜਿਹੜੀ ਤੁਹਾਡੀ ਸੰਸਥਾ ਵਾ ਉਹਦਾ ਕੰਟੈਕਟ ਨੰਬਰ, ਤਾਂ ਕਿ ਜੇ ਕੋਈ ਵੀਰ ਭਰਾ ਵਿਦੇਸ਼ਾਂ ਦੀ ਧਰਤੀ ਦੇ ਉੱਤੋਂ ਤੁਹਾਡੇ ਨਾਲ ਸੰਪਰਕ ਕਰਨਾ ਚਾਹਵੇ ਖੁਦ ਤੌਰ ਦੇ ਉੱਤੇ, ਤਾਂ ਉਹ ਤੁਹਾਡੇ ਨਾਲ ਸੰਪਰਕ ਕਰ ਲਵੇ, ਕੋਈ ਉੱਦਾਂ ਦਾ ਨੰਬਰ ਦੇ ਸਕਦੇ ਹੋ? ਹਾਂਜੀ ਵੀਰ ਜੀ,
ਵੀਰ ਜੀ, ਮੈਨੂੰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਮੈਨੂੰ ਜੋ ਟਰੱਸਟ ਵੱਲੋਂ ਇੱਥੇ ਮੁੱਖ ਪ੍ਰਬੰਧਕ ਤੌਰ 'ਤੇ ਨਿਯੁਕਤ ਕੀਤਾ ਗਿਆ ਹੈਗਾ, ਲੇਕਿਨ ਮੇਰਾ ਨੰਬਰ ਜੋ ਹੈ 9595920333309 ਹੈ। ਪ੍ਰੀਤਮ ਸਿੰਘ ਮੇਰਾ ਨਾਮ ਹੈ ਔਰ ਲੁਧਿਆਣੇ ਦਾ ਮੈਂ ਰਹਿਣ ਵਾਲਾ ਹਾਂ। ਲੇਕਿਨ ਇਸ ਤੋਂ ਇਲਾਵਾ ਵੀ ਸਾਡੇ ਪਾਸ ਜੋ ਹੋਰ ਸਾਡੇ ਟਰੱਸਟੀਜ਼ ਹੈਗੇ ਨੇ ਉਹਨਾਂ ਦੇ ਨੰਬਰ ਵੀ ਮਤਲਬ ਹੈਗੇ ਨੇ, ਉਹਨਾਂ ਦਾ ਵੀ ਸੰਪਰਕ ਹੋ ਸਕਦਾ ਹੈਗਾ। 9595920333309 ਇਹ ਮੇਰਾ ਅਰਦਾਸ ਦਾ ਨੰਬਰ ਹੈ। ਪ੍ਰੀਤਮ ਸਿੰਘ ਮੇਰਾ ਨਾਮ ਹੈ ਅਤੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹੋਸਪਿਟਲ ਬਾਰੇ ਲੈਣੀ ਹੋਵੇ, ਕੋਈ ਵੀ ਵਿਦੇਸ਼ੀ ਵੀਰ ਜਾਂ ਕੋਈ ਵੀ ਆਪਣੇ ਪੰਜਾਬ ਦਾ ਜਾਂ ਇੰਡੀਆ ਦੇ ਵਿੱਚ ਕੋਈ ਵੀ ਸਾਡੇ ਕੋਲੋਂ ਜਾਣਕਾਰੀ ਲੈ ਸਕਦੇ ਹੈ। ਸਾਡੇ NRI ਭਰਾਵਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ? NRI ਭਰਾਵਾਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ, ਔਰ ਮੈਂ ਮਹਿਸੂਸ ਕਰਦਾ ਕਿ ਮੈਂ ਵੀਰ ਜੀ ਕੈਮਰਾਮੈਨ ਜੋ ਆਪਣੇ ਨਾਲ ਭਾਈ ਜਸਵੀਰ ਸਿੰਘ ਜੀ ਹੈਗੇ ਨੇ ਔਰ ਇਸੇ ਹੀ ਨਗਰ ਦੇ ਉਹ ਹੈਗੇ ਨੇ ਔਰ ਪਹਿਰੇਦਾਰ ਅਖਬਾਰ ਨਾਲ ਪਹਿਰੇਦਾਰ ਚੈਨਲ ਨਾਲ ਜੁੜੇ ਹੋਏ ਨੇ, ਔਰ ਮੈਨੂੰ ਪਤਾ ਲੱਗਿਆ ਕਿ ਆ ਜੋ ਸਾਡੀ ਤੁਸੀਂ ਗੱਲਬਾਤ ਕਰ ਰਹੇ ਹੋ ਇਹ ਸਾਡੀ ਸਾਰੀ ਗੱਲਬਾਤ ਸਾਡੇ NRI ਭਰਾਵਾਂ ਤੱਕ ਪਹੁੰਚ ਰਹੀ ਹੈ। ਅਤੇ ਮੇਰੀ ਜਿੰਨੇ ਵੀ ਮੇਰੇ ਵੀਰ NRI ਵੀਰ ਇਸ ਵੀਡੀਓ ਨੂੰ ਸੁਣ ਰਹੇ ਹੋਣ, ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਤੁਹਾਡੇ ਹੀ ਹੱਥਾਂ ਦਾ ਬੂਟਾ ਲਾਇਆ ਹੋਇਆ ਹੈ ਔਰ ਤੁਸੀਂ ਹੀ ਇਸ ਨੂੰ ਸੰਭਾਲਣਾ ਹੈ, ਤੁਸੀਂ ਹੀ ਕਰਨਾ ਹੈ। ਅਸੀਂ ਤੁਹਾਡੇ ਵੱਲੋਂ ਥਾਪੇ ਗਏ ਇੱਥੇ ਮਾਲੀ ਹਾਂ, ਅਸੀਂ ਇਸ ਬੂਟੇ ਨੂੰ ਬੜੀ ਅੱਛੀ ਤਰ੍ਹਾਂ ਸੰਭਾਲਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਇਹੀ ਬੇਨਤੀ ਹੈ ਕਿ ਸਾਡੇ ਨਾਲ ਦੁਬਾਰਾ ਜੁੜੋ ਔਰ ਸਾਡਾ ਸਹਿਯੋਗ ਦਿਓ। ਜਿਸ ਤਰ੍ਹਾਂ ਤੁਸੀਂ ਚਾਹੋਗੇ ਅਸੀਂ ਉਸ ਤਰ੍ਹਾਂ ਹੀ ਸੇਵਾ ਕਰਨ ਲਈ ਤਿਆਰ ਹੈ। ਇਹ ਜੋ ਟਰੱਸਟ ਵੱਲੋਂ ਨਾ ਤੁਹਾਡਾ ਪੂਰਾ ਸਹਿਯੋਗ ਦਿੱਤਾ ਜਾਏਗਾ, ਜਿਸ ਤਰ੍ਹਾਂ ਹੀ ਤੁਸੀਂ ਸੇਵਾ ਚਾਹੋਗੇ ਉਸ ਤਰ੍ਹਾਂ ਅਸੀਂ ਸੇਵਾ ਕਰਾਂਗੇ। ਲੇਕਿਨ ਤੁਹਾਡੇ ਸਹਿਯੋਗ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਧੰਨਵਾਦ। ਸੋ ਇਹ ਸਨ ਪ੍ਰੀਤਮ ਸਿੰਘ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਦੱਸਿਆ ਕਿ ਉਹਨਾਂ ਦੇ ਵੱਲੋਂ ਜਿਹੜਾ ਇਹ ਹਸਪਤਾਲ ਦੀ ਜਿਹੜੀ ਕਮਾਂਡ ਸੰਭਾਲੀ ਗਈ ਹੈ, ਅਤੇ ਹੁਣ NRI ਭਰਾਵਾਂ ਨੂੰ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਨਾਲ ਸੰਪਰਕ ਕਰਨ, ਅਤੇ ਇਹ ਕੋਈ ਇਕੱਲੇ ਦਾ ਉਪਰਾਲਾ ਨਹੀਂ ਹੈਗਾ, ਇਹਨੂੰ ਚਲਾਉਣਾ ਸਮੁੱਚੇ ਜਿਹੜੇ ਪਿੰਡ ਵਾਸੀ ਨੇ ਜਾਂ ਸਾਡੇ NRI ਭਰਾ ਨੇ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਇਹਨਾਂ ਦੇ ਨਾਲ ਰਾਬਤਾ ਕਰਨ, ਤਾਂ ਕਿ ਜਿਹੜੀਆਂ ਸਿਹਤ ਸਹੂਲਤਾਂ ਦੇ ਪੱਖੋਂ ਸਾਡੇ ਪੰਜਾਬ ਦੇ ਅੰਦਰ ਲੋਕ ਤਰਸ ਰਹੇ ਨੇ, ਉਹਨਾਂ ਨੂੰ ਸਿਹਤ ਸਹੂਲਤਾਂ ਸਸਤੇ ਅਤੇ ਵਧੀਆ ਢੰਗ ਦੇ ਨਾਲ ਪ੍ਰੋਵਾਈਡ ਕਰਾਈਆਂ ਜਾ ਸਕਣ। ਕੈਮਰਾ ਪਰਸਨ ਜਸਵੀਰ ਹੇਰਾਂ ਦੇ ਨਾਲ ਸਨੀ ਸੁਜਾਪੁਰ, ਲੁਧਿਆਣਾ।